ਅਤੇ ਸਾਡੇ ਲਈ ਭਾਵੁਕ ਦਿਨ ਵੀ ਹੈ। ਤੁਸੀਂ ਸਭ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਜਦੋਂ ਲੋੜ ਸੀ ਸਕੂਲ ਖਾਲੀ ਸੀ ਤਾਂ ਟੀਚਰ ਭਰਤੀ ਕੀਤੇ ਗਏ ਕੰਟਰੈਕਟਸ ਉੱਤੇ। ਬੜਾ ਲੰਬਾ ਸੰਘਰਸ਼ ਬਤੌਰ ਓਪੋਜੀਸ਼ਨ ਦੇ ਵਿੱਚ ਕਈ ਵਾਰੀ ਮੈਂ ਵੀ ਧਰਨਿਆਂ 'ਚ ਜਾ ਕੇ ਸਾਡੇ ਸਾਰੇ ਅੱਜ ਜੋ ਜਿੱਤੇ ਹੋਏ MLA ਸਾਹਿਬਾਨ ਹੈ ਜਾਂ ਮੰਤਰੀ ਸਾਹਿਬਾਨ ਹੈ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਜਾਂ ਫਿਰ ਸਾਡੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ, ਅਸੀਂ ਉਹਨਾਂ ਸਾਰੇ ਧਰਨਿਆਂ 'ਚ ਗਏ ਅਤੇ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਦੀ ਗਰੰਟੀ ਸੀ, ਵਾਅਦਾ ਸੀ ਪੰਜਾਬ ਦੇ ਜਿੰਨੇ ਕੱਚੇ ਟੀਚਰਸ ਹੈ ਕਿ ਜਦੋਂ ਹੀ ਪੰਜਾਬ ਸਰਕਾਰ ਬਣਦੀ ਹੈ ਉਹਨਾਂ ਦੀ ਨੌਕਰੀਆਂ ਨੂੰ ਰੈਗੂਲਰਾਈਜ਼ ਕੀਤਾ ਜਾਊਗਾ। ਮੈਂ ਇਲੈਕਸ਼ਨ ਲੜਿਆ, ਮੈਨੂੰ ਨਹੀਂ ਪਤਾ ਸੀ ਕਿ ਮੈਂ ਸਿੱਖਿਆ ਮੰਤਰੀ ਬਣ ਜਾਊਂਗਾ। 3 ਮਹੀਨੇ ਪਹਿਲਾਂ ਮੈਨੂੰ ਮੇਰੇ ਮੁੱਖ ਮੰਤਰੀ ਨੇ ਪੰਜਾਬ ਦਾ ਸਭ ਤੋਂ ਅਹਿਮ ਮਹਿਕਮਾ ਸਿੱਖਿਆ ਮਹਿਕਮਾ ਦਿੱਤਾ। ਅਤੇ ਮੈਂ ਅਕਸਰ ਜਦੋਂ ਵੀ ਗੱਲ ਕਰਦਾ ਆਪ ਸਭ ਦੇ ਨਾਲ ਵੀ ਹੈ ਕਿਤੇ ਵੀ ਤਕਰੀਰ ਦਿੰਦਾ ਤਾਂ ਮੈਨੂੰ ਇਹ ਅਹਿਸਾਸ ਹੋਇਆ ਜਿਸ ਦਿਨ ਮੈਂ ਸਿੱਖਿਆ ਮੰਤਰੀ ਬਣਿਆ ਉਸ ਦਿਨ ਵੀ ਮੈਨੂੰ ਮੁਬਾਰਕਾਂ ਘੱਟ ਅਤੇ ਚਿੰਤਾ ਵੱਧ, ਚਾਹੇ ਕੋਈ ਮੀਡੀਆ ਦੇ ਸਾਥੀ ਹੋਣ ਚਾਹੇ ਕੋਈ ਹਲਕੇ 'ਚ ਹੋਣ, ਕਹਿੰਦੇ ਲੈ ਹੁਣ ਤੂੰ ਧਰਨੇ ਵਾਲਾ ਮੰਤਰੀ ਬਣ ਜਾਊਂਗਾ। ਅਤੇ ਬੜਾ ਦੁੱਖ ਹੁੰਦਾ ਸੀ ਕਿ ਜਿਸ ਮਹਿਕਮੇ ਦੇ ਉੱਤੇ ਪੰਜਾਬ ਦਾ ਭਵਿੱਖ ਨਿਰਭਰ ਕਰਦਾ, 28 ਲੱਖ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ, 40 ਲੱਖ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ, ਸਿੱਖਿਆ ਮੰਤਰੀ ਦਾ ਕੰਮ ਹੈ ਪੰਜਾਬ ਦਾ ਭਵਿੱਖ ਬਣਾਉਣਾ ਅਤੇ ਉਸ ਮਹਿਕਮੇ ਨੂੰ ਸਿਰਫ ਧਰਨੇ ਵਾਲਾ ਮਹਿਕਮਾ ਸਮਝਿਆ ਗਿਆ। ਸਾਡੇ ਮੁੱਖ ਮੰਤਰੀ ਸਾਹਿਬ ਦਾ ਮੈਂ ਦੇਣਾ ਨਹੀਂ ਦੇ ਸਕਦਾ, ਇੱਕ ਕਮੇਟੀ ਬਣਾਈ ਜਿਸ ਦਾ ਮੈਂ ਮੈਂਬਰ ਹਾਂ, ਮੇਰੇ ਨਾਲ 2 ਹੋਰ ਮੇਰੇ ਮੰਤਰੀ ਸਾਥੀ, ਇਸੀ ਪੰਜਾਬ ਭਵਨ ਦੇ ਵਿੱਚ ਬੈਠ ਕੇ ਅਸੀਂ ਬਹੁਤ ਮਿਹਨਤਾਂ ਕੀਤੀਆਂ। ਕਿਹਾ ਜਾਂਦਾ ਸੀ ਆ ਕੱਚੇ ਅਧਿਆਪਕਾਂ ਦੇ ਕੁਝ ਸਾਥੀ ਵੀ ਜਦੋਂ ਮੈਨੂੰ ਮਿਲੇ ਜਦੋਂ ਅਸੀਂ 5 ਸਪਤੰਬਰ ਨੂੰ ਐਲਾਨ ਕਰਤਾ, ਇਹਨੇ ਵੀ ਕਿਹਾ ਕਹਿੰਦੇ ਜੀ ਅਸੀਂ ਧਰਨੇ ਜ਼ਰੂਰ ਦਿੰਦੇ ਸੀ ਪਰ ਕਿਤੇ ਸਾਨੂੰ ਦਿਲ 'ਚ ਪਤਾ ਸੀ ਕਿ ਸਾਡਾ ਕੰਮ ਹੋ ਨਹੀਂ ਸਕਦਾ। ਪਰ ਇਹ ਸਿਰਫ ਅਤੇ ਸਿਰਫ ਨੀਅਤ ਸੀ ਸਾਡੇ ਮੁੱਖ ਮੰਤਰੀ ਦੀ ਕਿ ਪੋਲਿਸੀ ਬਣਾ ਕੇ 5 ਸਪਤੰਬਰ ਨੂੰ ਟੀਚਰਸ ਦੇ ਵਾਲੇ ਦਿਨ, ਉਸ ਦਿਨ ਵੀ ਸਾਨੂੰ ਇਹ ਸੀਗਾ ਕਿ ਅੱਜ ਤੱਕ ਅਧਿਆਪਕ ਦਿਵਸ, ਪਹਿਲੀ ਗੱਲ ਤਾਂ ਕਦੀ ਵੀ ਅਧਿਆਪਕ ਦਿਵਸ 'ਤੇ ਮੁੱਖ ਮੰਤਰੀ ਨਹੀਂ ਆਏ, ਪਹਿਲੀ ਵਾਰੀ ਇਸ ਵਾਰੀ ਅਧਿਆਪਕ ਦਿਵਸ ਦੇ ਉੱਤੇ ਟੀਚਰਸ ਦੇ ਸਨਮਾਨ ਦੇ ਉੱਤੇ ਖੁਦ ਮੁੱਖ ਮੰਤਰੀ ਸਾਹਿਬ ਪਹੁੰਚੇ, ਮੇਰੇ ਹਲਕੇ 'ਚ ਪਹੁੰਚੇ, ਸਿੱਖਿਆ ਮੰਤਰੀ ਦੇ ਹਲਕੇ 'ਚ ਪਹੁੰਚੇ ਅਤੇ ਐਲਾਨ ਕਰ ਦਿੱਤਾ ਸਵੇਰੇ 9 ਵਜੇ ਕੈਬਨਿਟ ਬਣਾ ਕੇ ਕਿ ਪੰਜਾਬ ਦੇ ਜਿਹੜੇ ਕੱਚੇ ਟੀਚਰ ਉਹ ਪੱਕੇ ਕਰ ਦਿੱਤੇ ਜਾਣਗੇ ਅਤੇ ਅੱਜ ਉਸਨੂੰ ਅਮਲੀ ਰੂਪ, ਕਿਉਂਕਿ ਬਹੁਤ ਸਾਰੀ ਪ੍ਰਕਿਰਿਆਵਾਂ ਹੁੰਦੀਆਂ, AG ਆਫਿਸ, LR ਆਫਿਸ, ਪਰਸੋਨਲ ਡਿਪਾਰਟਮੈਂਟ, FD ਡਿਪਾਰਟਮੈਂਟ, ਉਹ ਸਾਰੀ ਪ੍ਰਕਿਰਿਆ ਨੂੰ ਪੂਰੇ ਕਰਦੇ ਹੋਏ ਦਿਨ ਰਾਤ ਅਸੀਂ ਮਿਹਨਤ ਕੀਤੀ। ਅੱਜ ਇਹ ਨੋਟੀਫਿਕੇਸ਼ਨ ਪੰਜਾਬ ਸਰਕਾਰ ਦਾ ਮੇਰੇ ਹੱਥ ਵਿੱਚ ਹੈ ਜਿਸ ਦਾ ਬੈਨੀਫਿਟ 9,000 ਤੋਂ ਵੱਧ ਟੀਚਰਸ ਨੂੰ ਹੋਊਗਾ ਪਲੱਸ ਜਿਹੜੇ ਨੋਨ ਟੀਚਿੰਗ ਸਟਾਫ ਹੈ। ਮੈਂ ਦੱਸ ਦੇਵਾਂ ਜੀ ਇਸ ਦੇ ਵਿੱਚ ਕੋਈ ਵੀ ਇੱਦਾਂ ਦੀ ਕੈਟੇਗਰੀ ਨਹੀਂ, ਬਹੁਤ ਸਾਰੀ ਭਰਮ, ਬਹੁਤ ਸਾਰੀ ਅਫਵਾਹਾਂ ਕਿ ਜੀ ਸਿਰਫ ਫਲਾਨੀ ਕੈਟੇਗਰੀ, ਨਹੀਂ ਕੋਈ ਇੱਦਾਂ ਦੀ ਕੈਟੇਗਰੀ ਨੂੰ ਬਾਹਰ ਨਹੀਂ ਰੱਖਿਆ ਗਿਆ, ਕਿਸੇ ਨੂੰ ਬਾਹਰ ਨਹੀਂ ਕੀਤਾ ਗਿਆ। ਸਿੰਪਲ ਪੋਲਿਸੀ ਹੈ ਕਿ ਉਹਲੇ ਸੁਪਰੀਮ ਕੋਰਟ ਦੇ ਸਾਨੂੰ ਇਹ ਹੈ ਕਿ ਅਸੀਂ ਵਾਕਏ ਸਿਰਫ ਇਹ ਵੀ ਨੋਟੀਫਿਕੇਸ਼ਨ ਤੱਕ ਸੀਮਿਤ ਨਹੀਂ ਹੈ, ਅਗਰ ਇਸਨੂੰ ਬਚਾਉਣ ਦੇ ਲਈ ਕਿਤੇ ਵੀ ਜਾਣਾ ਪਿਆ ਸੁਪਰੀਮ ਕੋਰਟ ਤੱਕ ਜਾਵਾਂਗੇ। ਕਿਉਂਕਿ ਸਾਡੀ ਇੱਛਾ ਇਹ ਹੈ ਕਿ ਸਾਡੇ ਉਹਨਾਂ ਟੀਚਰਸ ਨੂੰ ਪੂਰੀ ਤਨਖਾਹ ਮਿਲੇ, ਬਣਦਾ ਸਨਮਾਨ ਮਿਲੇ, ਤਾਂ ਸੁਪਰੀਮ ਕੋਰਟ ਦੇਸ਼ ਅਤੇ ਪੰਜਾਬ ਦੇ ਸਾਰੇ ਵੱਡੇ ਵਕੀਲਾਂ ਤੋਂ ਸਲਾਹ ਲੈ ਕੇ ਬਹੁਤ ਮਿਹਨਤ ਕਰਕੇ ਪੋਲਿਸੀ ਬਣਾਈ ਹੈ ਅਤੇ ਇਸ ਦੇ ਵਿੱਚ ਤਾਂ ਕਿ ਕਿਸੇ ਵੀ ਤਰੀਕੇ ਨਾਲ ਇਹ ਚੈਲੰਜ ਨਾ ਹੋ ਸਕੇ ਅਤੇ ਵਾਕਈ ਟੀਚਰਸ ਨੂੰ ਲਾਹਾ ਮਿਲ ਸਕੇ, ਜਿਨ੍ਹਾਂ ਟੀਚਰਸ ਨੇ 10 ਸਾਲ ਮਹਿਕਮੇ ਨੂੰ ਸੇਵਾਵਾਂ ਦਿੱਤੀਆਂ ਬਿਨਾਂ ਕਿਸੇ ਬ੍ਰੇਕ ਤੋਂ। ਕੋਈ ਵੀ ਕੈਟੇਗਰੀ ਹੋਵੇ ਉਹਨਾਂ ਨੂੰ ਸਿੰਪਲ ਅੱਜ ਤੋਂ ਬਾਅਦ ਇੱਕ ਫਾਰਮ ਭਰਨਾ ਪੈਣਾ, ਬੜਾ ਸਾਦਾ ਜਿਹਾ ਫਾਰਮ ਹੈ, ਉਹ ਫਾਰਮ ਭਰ ਕੇ ਮਹਿਕਮੇ 'ਚ ਜਮ੍ਹਾਂ ਕਰਾਉਣਾ ਪੈਣਾ ਅਤੇ ਉਹ ਰੈਗੂਲਰਾਈਜ਼ ਮੰਨੇ ਜਾਣਗੇ। ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਜਿੱਥੇ ਅੱਜ ਦੇਸ਼ ਦੇ ਵਿੱਚ ਬਾਕੀ ਸੂਬਿਆਂ ਦੇ ਵਿੱਚ ਟੀਚਰਸ ਦੀ ਅਸਾਮੀਆਂ ਖਤਮ ਕੀਤੀ ਜਾ ਰਹੀਆਂ। ਇੱਕ ਪਾਸੇ ਅਸੀਂ 9,000 ਤੋਂ ਬਾਅਦ ਟੀਚਰ ਪੱਕੇ ਕੀਤੇ ਆ, ਨਾਲ ਹੀ ਤਕਰੀਬਨ 16,000 ਹੋਰ ਜਿਨ੍ਹਾਂ ਦੇ ਵਿੱਚੋਂ 6,000 ਟੀਚਰ ਸਕੂਲਾਂ 'ਚ ਆ ਚੁੱਕੇ ਹੈ ਅਤੇ 10,000 ਦੀ ਭਰਤੀ ਚੱਲਦੀ ਪਈ ਹੈ, 16,000 ਨਵੇਂ ਟੀਚਰ ਵੀ ਆ ਰਹੇ ਹੈ। ਇਸ ਦੇ ਨਾਲ ਹੀ ਕਿਉਂਕਿ ਉਸ ਸਬ ਕਮੇਟੀ ਦਾ ਮੈਂ ਮੈਂਬਰ ਹਾਂ ਤਾਂ ਬਤੌਰ ਆਪਣੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਸਾਰੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਇਹ ਆਸ਼ਵਾਸਨ ਦਵਾਉਂਦਾ ਕਿਉਂਕਿ ਸਿੱਖਿਆ ਸਭ ਤੋਂ ਅਹਿਮ ਮਹਿਕਮਾ ਹੈ। ਇਸ ਪੋਲਿਸੀ ਦਾ ਵੀ ਜਿਹੜਾ ਨਾਮ ਰੱਖਿਆ ਗਿਆ ਉਹ ਪੋਲਿਸੀ ਫੋਰ ਦਾ ਵੈਲਫੇਅਰ ਆਫ ਐਡਹੋਕ ਕੰਟਰੈਕਚੁਅਲ ਟੈਂਪਰੇਰੀ ਟੀਚਰਸ ਨੇਸ਼ਨ ਬਿਲਡਰਸ, ਕਿਉਂਕਿ ਇਹ ਦੇਸ਼ ਦੇ ਨਿਰਮਾਤਾ ਹੈ, ਇਹ ਪੋਲਿਸੀ ਇੱਕ ਮਦਰ ਪੋਲਿਸੀ ਹੈ। ਇੱਕ ਵਾਰੀ ਇਹ ਪੋਲਿਸੀ ਕਾਮਯਾਬ ਹੋ ਜਾਵੇ ਇਸੀ ਪੋਲਿਸੀ ਦੇ ਤਹਿਤ ਬਾਕੀ ਮਹਿਕਮਿਆਂ ਦੇ ਜਿਹੜੇ ਕੱਚੇ ਮੁਲਾਜ਼ਮ ਹੈ
उन्हां नूं भी पक्का कर दिता जाऊगा। तो साडी नीयत साफ है, 6 महीने दे विच, 6 महीने दे विच अज नोटिफिकेशन जारी है, नोटिफिकेशन मेरे हाथ च है। जो कोई नोटिफिकेशन हो जाता कोई कानून का रूप उसी वक्त पूरे उसकी इनफॉर्मेशन हो जाती है, तो एक बड़ी वड्डी कामयाबी है। तो मैं अपने मुख्यमंत्री साहब का दिलों धन्नवाद करदा, तो सारे उन्होंने मुलाजमान का, सारे उन्होंने टीचर्स का, कुछ साथी अज भी इतने पहुंचे है, इस तो पहला हमने मुख्यमंत्री साहब को भी मिले है, इन्हों बड़े भावक पल ने, क्योंकि कई टीचर्स ने मैं आके दसिया उन्हें आस छड़ दिती सी, उन्होंने बच्चे भी उन्होंने मजाक बनाते कि तुसी कभी पक्के होंगे या फिर धरनिया दोगे। एक साथी आए उन्हें मैंने दिखाया कि उन्होंने वीज़ा लग चुकया, सोचा कि मैं बाहर जाके किसी खाड़ी मुल्क दे विच किसी अरब कंट्री जाके मैं उत्थे दिहाड़ी करूँगा, वीज़ा लग्या होया दिखाया, तो इतों ये भी आस छड़ चुके सी। इन्हां सब दे लई बड़े भावुक पल है, तो ये साडी सरकार वल्लों इस तों अलावा होर भी कंप्यूटर टीचर्स उन्होंने भी 16 साल तो मंग है, वह भी असं पूरी कर रहे हैं। ट्रांसफर पॉलिसी बहुत लंबे, क्योंकि 125,000 मुलाजमान का महकमा है, सब तो वड वर्कफोर्स इस महकमे दे विच है, तो बहुत जल्दी 2-4 दिन दे विच ही ट्रांसफर पोर्टल भी खुल रहा, तो उदे विच भी बहुत सारे सुधार किए गए हैं। डिस्टेंस वाइज जिहड़ा बंदा अपने घर तो 200 किलोमीटर दूर काम करता उन्हें बेनीफिट मिलेगा, अगर कोई साढ़े कोई भी मुलाजम विडो हो जाते हैं, डायवोर्सी है, 40% तो वध हैंडीकैप्ड है, ब्लाइंड है, किसी का बच्चा बहुत सीरीयसली बीमार है, फौजीज ने जिहड़े साढ़े स्पैशल एरियाज दे विच काम कर रहे उन्हां दी वाइफ, उन्होंने सारे नूं स्पैशल रियायतां दे दित्तियां। जिहड़े सरकारी टीचर्स अपने बच्चियां नूं सरकारी स्कूलों च पढ़ाएंगे उन्होंने होर ट्रांसफर, इदां दी एक बहुत ही रेवोल्यूशनरी बहुत ही वधिया ट्रांसफर पॉलिसी, उस दे उत्ते भी साढ़े महकमे ने बहुत काम किया, वह भी अजकल दे विच आ जाऊगी, तो पोर्टल बहुत जल्दी खुलता जाऊगा। ये सारा कुछ क्योंकि कल इमारतों के नाल जिथे असं इमारतं वधिया बना रहे हैं, जदों तक मेरे टीचर खुश नहीं होंगे तो इस महकमे के सुधार नहीं आ सकता। ये अज इस करके साढ़े महकमे लिए पंजाब सरकार लिए बड़ा खुशी का दिन है, तो मैनू आस है कि इसी पॉलिसी के तहत बाकी सारे महकमे के मुलाजमान भी इदा की खुशखबरी जल्दी मिलेगी जी। बहुत बहुत धन्यवाद। कोई कोई क्राइटीरिया नहीं जी, सिंपल क्राइटीरिया जिन्होंने भी 10 साल जिन्होंने कॉन्टीन्यूअसली हो गए है ਉਹ ਇਸ ਦੇ ਤਹਿਤ ਅਪਲਾਈ ਕਰ ਸਕਦੇ ਹੈ। ਦੈਟ ਇਜ਼ ਦ ਮੇਨ ਕ੍ਰਾਈਟੇਰੀਆ। ਨਹੀਂ ਜੀ, ਸੈਲਰੀ ਆਲਰੇਡੀ ਬਹੁਤ ਘੱਟ ਹੈ, ਕੋਈ 6,000 ਤੇ, ਕੋਈ 8,000 ਤੇ, ਕੋਈ 9,000 ਤੇ, ਕੋਈ 12,000 ਤੇ, ਤਾਂ ਇਹਨਾਂ ਸਾਰਿਆਂ ਨੂੰ ਜਿਹੜੀ ਹੈ ਇਮੀਡੀਏਟਲੀ ਬੇਸਿਕ ਪੇ ਹੋ ਜੂਗੀ, ਬਟ ਜਿੱਦਾਂ ਹੀ ਇਹ ਪ੍ਰੋਬੇਸ਼ਨ ਕਰ ਲੈਣਗੇ ਤਾਂ ਜੋ ਇੱਕ ਬਾਕੀ ਟੀਚਰਾਂ ਨੂੰ ਤਨਖਾਹ ਹੋ ਇਹਨਾਂ ਨੂੰ ਤਨਖਾਹ ਮਿਲੂਗੀ। ਪਰ ਇਹਨਾਂ ਦੇ ਵਿੱਚ ਕੁਝ ਇਹ ਵੀ ਹੋਣਗੇ ਨਾ ਜਿਹੜੇ 30,000 ਜਾਂ 40,000 ਵੀ ਲੈ ਰਹੇ ਨੇ, ਕਈ ਕ੍ਰਾਈਟੇਰੀਆ ਜਿਵੇਂ ਨੌਨ ਟੀਚਿੰਗ ਸਟਾਫ ਹੈ ਹੀ ਇਹਦੇ ਵਿੱਚ ਹੋ ਸਕਦਾ ਕਵਰ ਹੁੰਦਾ ਹੋਵੇ, ਉਹਨਾਂ ਦੀ ਸੈਲਰੀ ਜਿਹੜੀ ਉਹ 30+ ਵੀ ਹੈਗੀ ਹੈ, ਉਹਨਾਂ ਦੀ ਸੈਲਰੀ ਉਹੀ ਰਹੇਗੀ ਜਾਂ ਉਹਨਾਂ ਨੂੰ ਪ੍ਰੋਬੇਸ਼ਨ ਤੇ ਆਉਣਾ ਪਏਗਾ, ਮਤਲਬ ਉਹਨਾਂ ਦੀ ਜੋ ਇਸ ਨੂੰ ਅਪਲਾਈ ਕਰੂਗਾ ਜੀ, ਕਿਉਂਕਿ ਮੈਂ ਫਿਰ ਦੱਸ ਰਿਹਾ ਤੁਹਾਨੂੰ ਸਾਡੀ ਮਨਸ਼ਾ ਇਹ ਹੈ ਕਿ ਖੜੇ ਪਾਲਿਸੀ ਜਾ ਕੇ ਕੋਰਟਾਂ ਦੇ ਵਿੱਚ ਜਾਂ ਕਿਤੇ ਵੀ ਖੜੇ, ਤਾਂ ਇਸ ਨੂੰ ਜਿਹੜਾ ਹੈ ਜੋ ਸੁਪਰੀਮ ਕੋਰਟ ਦੀ ਗਾਈਡਲਾਈਨਸ ਹੈ उसके तहत जो पुराने केस लॉ है उसके तहत बनाया गया, क्योंकि असी मैं थोनों ये भी दस दव इस तो पहला भी एक्ट बने ने 2016 दे विच बना दिता गया, पर उसका किसी नू लाहा एक भी मुलाजम नू लाहा नहीं होया। जाते जाते सारे पंजाब के बोर्ड रंग ते चन्नी साहब कह गए जी मैं पक्के कर गया, पर एक भी टीचर दस दे उसका लाहा नहीं होया। इस करके इस पॉलिसी उस तहत बनाया गया कि मेरे टीचर्स नू वाकई इन्हों का लाहा मिले, तो असली कामयाबी मैं उस दिन समझूंगा जो इन खातों के पूरी तनखा आनी शुरू हो जाएगी। जी और फूड सप्लाई दी दो तीन पॉलिसियां स्टे हुई है, कितने ये तो नहीं चैलेंज हो जाएगी पूरी चंगी तरह तैयार किया सर? असी देखो मैं तुसी जिहड़ा है एज अ जर्नलिस्ट तुसी नागरिक भी हो, तो मैनू लगता सानू अपने हाई कोर्ट का बहुत सम्मान करना चाहिए। थोड़े प्रश्न तो ए लग रहा है कि जिवें तुसी एंटी हाई कोर्ट, पहली गल हाई कोर्ट एक बहुत एज अ मैं कहले वकालत भी की है, हाई कोर्ट का कोई भी जिहड़ा फैसला है वह सब के उत्ते लागू होंगे जी, असी सत्कार करते हैं, तो उस दे विच ये होंगे कि सरकार अपना पक्ष रखे। मैं जिवें थानू दस्सिया इस नू बनाउण दे लई असी बहुत नीयत साफ है, साडी नीयत छोट नहीं, जिहड़ी 276 उहदे विच भी नीयत बहुत साफ है, असी अपने वल्लों अपना कर्म किया जी, बाकी
ਹੁਣ ਕੋਰਟ ਦੇ ਉੱਤੇ ਸਾਡੇ ਜਿਹੜੇ ਏਜੀ ਆਫਿਸ ਰੱਖੂਗਾ ਆਪਣੀ ਮੈਂ ਸਭ ਚੰਗੀ ਗੱਲ ਹੈ ਯੂਨੀਅਨ ਦੀ ਇੱਕ ਇੱਕ ਕਰਕੇ ਜੀ ਮੈਂ ਸਭ ਚੰਗੀ ਗੱਲ ਹੈ ਬਹੁਤ ਵਧੀਆ ਬਹੁਤ ਸਾਫ ਹੈ ਬੜਾ ਜੇ ਜੋ ਵੀ ਹੈ ਲੇਕਿਨ ਗੱਲ ਹੈ ਕਿ ਜਿਹੜੀ ਅਸਲ ਦੇ ਵਿੱਚ ਹੁੰਦਾ ਹੈਗਾ ਰੇਟ ਵੀ ਸਟੇਟਾਂ ਪਹਿਲਾਂ ਟੀਚ ਮਾਈ ABP ਸੌਂਚਾ ਜੋਸ਼ ਜਜ਼ਬਾ ਜਨੂਨ